ਸਸਵਕਾਲ ਜੀ ਮਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਭ ਤੋਂ ਵੱਧ ਪ੍ਰਾਥਮਿਕਤਾ ਸਿੱਖਿਆ ਤੇ ਸਿਹਤ ਹੈ ਤੇ ਸਿੱਖਿਆ ਦੀ ਜ਼ਿੰਮੇਵਾਰੀ ਮੇਰੇ ਮੁੱਖ ਮੰਤਰੀ ਸਾਹਿਬ ਸਰਦਾ ਭਗਵੰਤ ਸਿੰਘ ਮਾਨ ਜੀ ਨੇ ਮੇਰੇ ਮੋਢਿਆਂ ਤੇ ਦਿੱਤੀ ਹੈ ਪੰਜਾਬ ਦੇ ਵਿੱਚ 19000 ਸਰਕਾਰੀ ਸਕੂਲ ਹੈ ਇਹ ਬੜਾ ਵੱਡਾ ਟੀਚਾ ਹੈ ਮੈਂ ਤੁਹਾਨੂੰ ਇਹ ਤਾਂ ਨਹੀਂ ਕਹਿ ਸਕਦਾ ਕਿ ਇੱਕਦਮ ਅਸੀਂ ਸਾਰੇ ਸਕੂਲ ਠੀਕ ਕਰ ਦਾਂਗੇ ਪਰ ਬਦਲਾਅ ਸ਼ੁਰੂ ਹੋ ਚੁੱਕਿਆ ਹੈ ਉਸੇ ਬਦਲਾਅ ਦੀ ਕੜੀ ਦੇ ਵਿੱਚ ਕੱਲ 3 ਸਤੰਬਰ ਨੂੰ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਸਾਰੇ ਬੱਚਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਕੱਲ ਪਹਿਲੀ ਵਾਰੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਮੇਗਾ ਪੇਰੈਂਟਸ ਟੀਚਰ ਮੀਟਿੰਗ ਹੋਣ ਜਾ ਰਹੀ ਹੈ ਮਾਪੇ ਅਧਿਆਪਕ ਮਿਲਣੀ ਜਿਹੜੀ ਅੱਜ ਤੱਕ ਇਦਾਂ ਦੀ ਵੱਡੀ ਕਦੀ ਨਹੀਂ ਹੋਈ ਇਸ ਕਰਕੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਨੂੰ ਉਹਨਾਂ ਦੇ ਮਾਪੇ-ਬਾਪ ਨੂੰ ਮੇਰੀ ਬੇਨਤੀ ਹੈ ਜੀ ਕੱਲ ਜ਼ਰੂਰ ਆਓ ਜੀ ਆਪਣੇ ਆਪਣੇ ਬੱਚਿਆਂ ਦੇ ਸਕੂਲ 'ਚ ਜਾਓ ਉਹਨਾਂ ਦੇ ਸਕੂਲ ਨੂੰ ਜਾਨੋ ਆਪਣੇ ਬੱਚੇ ਨੂੰ ਜਾਨੋ ਉਹਨਾਂ ਨੂੰ ਪੜ੍ਹਾ ਰਿਹਾ ਅਧਿਆਪਕਾਂ ਨੂੰ ਮਿਲੋ ਕਿਉਂਕਿ ਸਾਡੇ ਅਧਿਆਪਕ ਬਹੁਤ ਮਿਹਨਤ ਕਰ ਰਹੇ ਹੈ ਜਿਹੜਾ ਨਵਾਂ ਬਦਲਾਅ ਬਣ ਰਿਹਾ ਇਸ ਦਾ ਹਿੱਸਾ ਬਣੋ ਇਸ ਕਰਕੇ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕੱਲ ਆਪਣੇ ਬੱਚਿਆਂ ਦੇ ਸਕੂਲ ਦੇ ਵਿੱਚ ਜ਼ਰੂਰ ਜਾਓ ਜੀ